ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਇੱਕ ਪਾਸੇ ਹਜ਼ਾਰ ਹਜ਼ਾਰ ਕਰੋੜ ਦੇ ਮਾਲਕ ਨੇ ਇੱਕ ਪਾਸੇ ਅਸੀਂ ਆਮ ਘਰਾਂ ਦੇ ਕਿਸਾਨ ਹੈ ਪਰ ਉਹਨਾਂ ਹਜ਼ਾਰ ਹਜ਼ਾਰ ਕਰੋੜ ਦੇ ਮਾਲਕਾਂ ਨੂੰ ਐਮਐਲਏ ਕਿਹਨੇ ਬਣਾਇਆ ਆਮ ਕਿਸਾਨਾਂ ਨੇ ਆਮ ਲੋਕਾਂ ਨੇ ਬਣਾਇਆ ਉੱਥੇ ਤੱਕ ਬਿਠਾਇਆ ਅੱਜ ਜਦੋਂ ਗੱਲ ਆਮ ਲੋਕਾਂ ਦੀ ਆਪਦੀ ਅਣਖ ਮਿੱਟੀ ਤੇ ਆ ਜਾਵੇ ਜੇ ਸਾਡੇ ਆਮ ਲੋਕ મોદી ਨੂੰ ਹਰਾ ਸਕਦੇ ਆ ਕਾ ਸਾਡੇ ਲੋਕ ਸਾਡੇ ਆਮਕਰਾਂ ਦੇ ਨੌਜਵਾਨਾਂ ਨੂੰ ਇਹਨਾਂ ਕੁਰਸੀਆਂ ਤੇ ਵੀ ਬਿਠਾ ਸਕਦੇ ਆ। ਤੋਂ ਵੱਡੀ ਗੱਲ ਆ ਜਿਹੜਾ ਕਿਸਾਨ ਮਜ਼ਦੂਰ ਕਰਜ਼ਾ ਜਿਹੜਾ ਨਾ ਇਹ ਕਰਜ਼ੇ ਨੇ ਸਾਡੇ ਵਾਲ ਚਿੱਤੇ ਕਰਤੇ ਨੌਜਵਾਨਾਂ ਦੀ ਉਮਰ ਤੋਂ ਪਹਿਲਾਂ ਅਸੀਂ ਚਾਹੁੰਦੇ ਆ ਕਿ ਹਰ ਬੰਦਾ ਕਰਜ਼ਾ ਮੁਕਤ ਹੋਵੇ। ਸਰਕਾਰਾਂ ਨੇ ਕਰਜ਼ਾ ਦਿੱਤਾ ਸਾਨੂੰ ਸਾਡੇ 3 ਲੱਖ ਹਜ਼ਾਰ ਕਰੋੜ ਦਾ ਕਰਜ਼ਾ ਪੰਜਾਬ 'ਸਿਰ ਹੈ। ਉਹ ਸਾਡੇ ਕਿਸਾਨਾਂ ਨੇ ਨਹੀਂ ਚੜਿਆ ਉਹ ਮਜ਼ਦੂਰਾਂ ਨੇ ਨਹੀਂ ਚੜਿਆ ਉਹ ਚੜਿਆ ਬਾਦਲਾਂ ਦੇ ਚੌਪਰਾਂ ਨੇ ਜਹਾਜ਼ਾਂ ਨੇ ਉਹ ਚੜਿਆ ਚੰਨੀ ਦੇ ਚੌਪਰਾਂ ਨੇ ਸਿੱਧੂਣੀਆਂ ਦੇ ਨੇ ਸ੍ਰੀ ਗਾ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਸੰਯੁਕਤ ਸਮਾਜ ਮੋਰਚੇ ਵੱਲੋਂ ਸੀਰਾ ਬਨਬੋਰਾ ਨੂੰ ਅਮਰਗੜ ਹਲਕੇ ਤੋਂ ਟਿਕਟ ਦਿੱਤੀ ਗਈ ਹੈ ਚੌਣ ਮੈਦਾਨ 'ਚ ਉਤਾਰ ਦਿੱਤਾ ਅਮਰਗੜ ਹਲਕੇ ਤੋਂ ਸੰਯੁਕਤ ਸਮਾਜ ਮੋਰਚੇ ਵੱਲੋਂ ਟਿਕਟ ਦੇ ਕੇ ਤੁਹਾਨੂੰ ਦੱਸ ਦਈਏ ਇਹ ਉਹ ਆਗੂਆ ਜਿਨ੍ਹਾਂ ਆਮ ਆਦਮੀ ਪਾਰਟੀ ਖਿਲਾਫ ਟਿਕਟਾਂ ਦੀ ਵਿਰਦੋਫਤ ਨੂੰ ਲੈ ਕੇ ਆਵਾਜ਼ ਚੁੱਕੀ ਸੀ 200 ਕਰੋੜ ਰੁਪਏ ਤੱਕ ਦਾ ਇਹਦੇ ਉੱਪਰ ਮਾਨ ਨਾ ਨਹੀਂ ਦਾਵਾ ਵੀ ਕੀਤਾ ਹੋਇਆ ਹੈ ਗੱਲਬਾਤ ਕਰ ਲੈਣੇ ਅੱਜ ਚੌਣ ਮਹਿਮ ਦਾ ਆਗਾਜ਼ ਕਰ ਰਹੇ ਨੇ ਸੀਰਾ ਬਨਵੋਰਾ ਜੀ ਕਿਵੇਂ ਦੇਖਦੇ ਹੋ ਕੀ ਲੈ ਕੇ ਚੱਲੋਗੇ ਕੀ ਕਹੋਗੇ ਹਲਕੇ ਨੂੰ ਕਿਉਂ ਤੁਹਾਨੂੰ ਵੋਟ ਪਾਉਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਅ ਦੇਖੋ ਜਿਹੜਾ ਤੁਸੀਂ ਅੱਜ ਸਾਨੂੰ ਸਵਾਲ ਕੀਤਾ ਕਿ ਲੋਕ ਸਾਨੂੰ ਵੋਟ ਕਿਉਂ ਪਾਉਣ ਲੋਕਾਂ ਨੇ ਵੋਟ ਮੈਨੂੰ ਨਹੀਂ ਪਾਉਣੀ ਲੋਕਾਂ ਨੇ ਵੋਟ ਪਾਉਣੀਆਂ ਕਿਸਾਨਾਂ ਨੇ ਕਿਸਾਨੀ ਨੂੰ ਪਾਉਣੀਆਂ ਮਜ਼ਦੂਰ ਨੇ ਮਜ਼ਦੂਰੀ ਨੂੰ ਪਾਉਣੀਆਂ ਵਪਾਰੀ ਨੇ ਵਪਾਰ ਨੂੰ ਪਾਉਣੀਆਂ ਜਿਹੜਾ ਸੰਯੁਕਤ ਸਮਾਜ ਮੋਰਚੇ ਦਾ ਗਠਨ ਹੋਇਆ ਇੱਕ ਅੰਦੋਲਨ ਚੋਂ ਨਿਕਲਿਆ ਆਮ ਆਦਮੀ ਪਾਰਟੀ ਦਾ ਜਿਹੜਾ ਜਨਮ ਸੀ ਉਹ ਦਿੱਲੀ ਅੰਦੋਲਨ ਚੋਂ ਹੋਇਆ ਸੀ ਸਮਾਜ ਸੰਯੁਕਤ ਸਮਾਜ ਮੋਰਚੇ ਦਾ ਜਿਹੜਾ ਜਨਮ ਹੈ ਇਹ ਵੀ ਕਿੰਦੋਲਨ ਚੋਂ ਹੋਇਆ ਹੈ ਸੋ ਲੋਕਾਂ ਨੇ ਆਪ ਦੀ ਜਿਹੜੀ ਤਰਾਸਦੀ ਹੈ 70 ਸਾਲ ਹੋ ਗਏ ਸਾਨੂੰ ਵੀ ਤੁਹਾਨੂੰ ਵੀ 70 ਸਾਲ ਹੋ ਗਏ ਸਾਡੇ ਮੁਲਕ ਦਾ ਅੱਜ ਹਾਲ ਇਹ ਹੈ ਕਿ ਬਲੱਡ ਬੈਂਕਾਂ ਦੇ ਵਿੱਚ ਐਮਰਜੈਂਸੀ 'ਚ ਖੂਨ ਨਹੀਂ ਮਿਲਦਾ ਸੜਕਾਂ ਸਾਡੀਆਂ ਬਣਨ ਤੋਂ ਪਹਿਲਾਂ ਟੁੱਟ ਜਾਂਦੀਆਂ 29 ਕਰੋੜ 46 ਲੱਖ ਦੀ ਲਗਤ ਨਾਲ ਮਲੇਕ ਕੋਲੇ ਦਾ ਪੁਲ ਬਣਿਆ ਜਿਹੜਾ ਸਾਲ ਦੇ ਅੰਦਰ ਅੰਦਰ ਦੁਬਾਰੇ ਢਾਈ ਟੇਰੀ ਹੋ ਰਿਹਾ ਹੈ ਸੋ ਇਹੋ ਜਿਹੇ ਹਾਲਾਤ ਨੇ ਅੱਜ ਬੱਚਿਆਂ ਨੂੰ ਸਾਡੇ ਕੋਲੇ ਕੋਈ ਰਾਹ ਨਹੀਂ ਮਿਲ ਰਿਹਾ ਆਊਟ ਆਫ ਸਟੇਸ਼ਨ ਜਾਣ ਦਾ ਜਿਹੜੇ ਕਿ ਕੈਨੇਡਾ ਆਸਟ੍ਰੇਲੀਆ ਜਾ ਰਹੇ ਨੇ ਸਾਡੀ ਮਜਬੂਰੀ ਆ ਉਹਨਾਂ ਨੂੰ ਭੇਜਣਾ ਅਗਰ ਅਸੀਂ ਇੱਕ ਚੰਗੀਆਂ ਸਰਕਾਰਾਂ ਨਹੀਂ ਬਣਾ ਸਕਦੇ ਚੰਗੇ ਨੁਮਾਇंदे ਨਹੀਂ ਸਾਨੂੰ ਮਿਲੇ ਸਾਡੇ ਲੋਕਾਂ ਨੇ ਸਾਡੇ ਪੰਜਾਬ ਨੂੰ ਕਰਜ਼ਈ ਕਰ ਦਿੱਤਾ ਅੱਜ ਹਾਲਾਤ ਇਹ ਨੇ ਕਿ ਪੰਜਾਬ ਦੇ 16 ਜ਼ਿਲ੍ਹੇ ਡਾਰਕ ਜ਼ੋਨ ਘੋਸ਼ਿਤ ਕਰ ਦਿੱਤੇ ਗਏ ਨੇ ਪੀਏਯੂ ਯੂਨੀਵਰਸਿਟੀ ਵੱਲੋਂ ਪਾਣੀ ਸਾਡਾ ਥੱਲੇ ਖਤਮ ਹੋ ਗਿਆ ਔਰ ਕੀਟਨਾਸਿਕ ਦਵਾਈਆਂ ਨੇ ਘਰ ਘਰ ਕੈਂਸਰ ਪੈਦਾ ਕਰਤਾ ਸਾਨੂੰ ਆਮ ਲੋਕਾਂ ਨੂੰ ਆਮ ਘਰਾਂ ਚੋਂ ਨਮਾਇंदे ਬਣਾਉਣੇ ਪੈਣੇ ਆ ਜਿਹੜੇ ਕਿ ਇਹਨਾਂ ਰਾਜਨੀਤਿਕ ਆਗੂਆਂ ਦੀਆਂ ਕੁਰਸੀਆਂ ਤੇ ਬੈਠ ਕੇ ਚੰਗੇ ਫੈਸਲੇ ਕਰਨ ਔਰ ਚੰਗੇ ਲੋਕਾਂ ਨੂੰ ਅੱਗੇ ਆਉਣਾ ਪਊਗਾ ਨਹੀਂ ਤਾਂ ਸਮਾਜ ਦਿਨ-ਬ੍ਰਤੀ ਦਿਨ ਜਿਸ ਤਰ੍ਹਾਂ ਨਿਘਾਰ ਹੁੰਦਾ ਜਾ ਰਿਹਾ ਉਹ ਦਿਨ ਦੂਰ ਨਹੀਂ ਜਿਸ ਦਿਨ ਸਾਡੇ ਜਿਹੜੇ ਇਹ ਇਹ ਪੰਜਾਬ ਹੈ ਰੇਗਿਸਤਾਨ ਨਾ ਬਣ ਜਵੇ ਇਸ ਕਰਕੇ ਸੰਯੁਕਤ ਸਮਾਜ ਮੋਰਚੇ ਦਾ ਗਠਨ ਹੋਇਆ ਇਹਨਾਂ ਰਵੈਤੀ ਪਾਰਟੀਆਂ ਤੋਂ ਛੁਟਕਾਰਾ ਦੇਣ ਲਈ ਲੋਕਾਂ ਨੇ ਇੱਕ ਚੰਗੀ ਪਾਰਟੀ ਚਾਹੀਦੀ ਸੀ ਚੰਗੀ ਪਾਰਟੀ ਲੋਕਾਂ ਨੇ ਪਹਿਲਾਂ ਆਮ ਆਦਮੀ ਲੈਂਦੀ ਜਦੋਂ ਉਹਨਾਂ ਨੇ ਟਿਕਟਾਂ ਦੀ ਖਰੀਦੋ-ਫਰੋਦ ਕੀਤੀ ਤੁਹਾਨੂੰ ਪਤਾ ਤੁਹਾਡੇ ਸਾਹਮਣੇ ਜੋ ਹੋਇਆ ਉਸ ਤੋਂ ਬਾਅਦ ਲੋਕਾਂ ਦੀ ਆਸ ਸੰਯੁਕਤ ਸਮਾਜ ਮੋਰਚਾ ਬਣੀਆ ਔਰ ਹਰ ਪੰਜਾਬੀ ਹਰ ਐਨ ਆਰ ਆਈ ਹਰ ਨਾਗਰਿਕਾ ਜਿਹੜਾ ਉਹ ਇਸ ਮੋਰਚੇ ਨਾਲ ਜੁੜ ਰਿਹਾ ਤੁਸੀਂ ਅੱਜ ਦੇਖਿਆ ਕਿ ਅਸੀਂ ਸਿਰਫ ਆਪਦੇ ਪਿੰਡ ਦਾ ਪ੍ਰੋਗਰਾਮ ਰੱਖਿਆ ਸੀ ਜਿੰਨੀਆਂ ਮਾਈਆਂ ਭੈਣਾਂ ਆਈਆਂ ਸਰ ਘਰ ਦਾ ਹਰ ਘਰ ਸਾਡੇ ਸਾਡੇ ਨਗਰ ਦਾ ਪਹੁੰਚ ਕੇ ਸਾਡੇ ਸਿਰ ਤੇ ਖੜਿਆ ਔਰ ਲੋਕਾਂ ਨੇ ਆਪਦੀ ਕਿਰਤ ਕਮਾਈ ਚੋਂ ਤੁਸੀਂ ਦੇਖਿਆ ਕਿ ਕਿਵੇਂ ਜਿਹੜਾ ਪਰਿਵਾਰਕ ਮਜ਼ਦੂਰੀ ਕਰਦਾ 5-500 ਰੁਪਏ ਉਹਨਾਂ ਨੇ ਸਹਾਇਤਾ ਦਿੱਤੀ ਹੈ ਕਿ ਤੁਸੀਂ ਤਕੜੇ ਹੋ ਕੇ ਲੜਾਈ ਲੜੋ ਇਹਨਾਂ ਹੁਕਮਰਾਨਾਂ ਦੇ ਖਿਲਾਫ ਅਸੀਂ ਇਹਨਾਂ ਦਾ ਤਖਤਾ ਬਦਲ ਦੇਾਂਗੇ ਇਹਨਾਂ ਦੇ ਤਾਜ ਪਲਟ ਦੇਾਂਗੇ ਔਰ ਉਹ ਦਿਨ ਦੂਰ ਨਹੀਂ ਜਿੱਦੇ ਆਮ ਕਿਸਾਨ ਆਮ ਘਰਾਂ ਦੇ ਜੰਮੇ ਜਾਏ ਇਹਨਾਂ ਕੁਰਸੀਆਂ ਤੇ ਬੈਠਣਗੇ ਔਰ ਪੰਜਾਬ ਨੂੰ ਇੱਕ ਚੰਗਾ ਰਾਜਨੀਤਿਕ ਮਾਹੌਲ ਮਿਲੇਗਾ ਪੰਜਾਬ ਨੂੰ ਚੰਗੀ ਇੱਕ ਪਾਰਟੀ ਮਿਲੂ ਪੰਜਾਬ ਨੂੰ ਚੰਗਾ ਸ਼ਾਸਨ ਮਿਲੇਗਾ ਔਰ ਪੰਜਾਬੀ ਲੋਕ ਜਿਹੜੇ ਆਪਣੇ ਆਪ 'ਚ ਗਰਵ ਮਹਿਸੂਸ ਕਰਨਗੇ ਕਿਤੇ ਨਾ ਕਿਤੇ ਸਮਾਜ ਮੋਰਚਾ ਇੱਕ ਪਾਸੇ ਜਿਹੜਾ ਹੈ ਗਰੀਬਤਾਪਕਾ ਕਹਿ ਰਹੇ ਨੇ ਕਿਸਾਨ ਨੇ ਇੱਕ ਪਾਸੇ ਧਨਾੜ ਲੋਕ ਨੇ ਇਲੈਕਸ਼ਨ ਲੜ ਰਹੇ ਨੇ ਕਿਵੇਂ ਸਰਵਾਈਵ ਕਰੂਗੇ ਕਿਵੇਂ ਮੰਨ ਲੋ ਜਿਹੜੀ ਲੋਕਾਂ ਤੱਕ ਜਿਹੜੀ ਆਪਣੀ ਆਵਾਜ਼ ਹੈ ਜਿਹੜੀ ਬਲੰਦ ਕਰੋ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਇੱਕ ਪਾਸੇ ਹਜ਼ਾਰ ਹਜ਼ਾਰ ਕਰੋੜ ਦੇ ਮਾਲਕ ਨੇ ਇੱਕ ਪਾਸੇ ਅਸੀਂ ਆਮ ਘਰਾਂ ਦੇ ਕਿਸਾਨ ਹੈ ਪਰ ਉਹਨਾਂ ਹਜ਼ਾਰ ਹਜ਼ਾਰ ਕਰੋੜ ਦੇ ਮਾਲਕਾਂ ਨੂੰ ਐਮਐਲਏ ਕਿਹਨੇ ਬਣਾਇਆ ਆਮ ਕਿਸਾਨਾਂ ਨੇ ਆਮ ਲੋਕਾਂ ਨੇ ਬਣਾਇਆ ਉੱਥੇ ਤੱਕ ਬਿਠਾਇਆ ਅੱਜ ਜਦੋਂ ਗੱਲ ਆਮ ਲੋਕਾਂ ਦੀ ਆਪਦੀ ਅਣਖ ਮਿੱਟੀ ਤੇ ਆ ਜਾਵੇ ਜੇ ਸਾਡੇ ਆਮ ਲੋਕ ਮੋਦੀ ਨੂੰ ਹਰਾ ਸਕਦੇ ਆ ਤਾਂ ਸਾਡੇ ਲੋਕ ਸਾਡੇ ਆਮ ਘਰਾਂ ਦੇ ਨੌਜਵਾਨਾਂ ਨੂੰ ਇਹਨਾਂ ਕੁਰਸੀਆਂ ਤੇ ਵੀ ਬਿਠਾ ਸਕਦੇ ਆ ਕੋਈ ਦਿੱਲੀ ਅੰਦੋਲਨ ਦੇ ਵਿੱਚ ਕੋਈ ਅਰਬਪਤੀ ਕਿਸੇ ਅੰਦੋਲਨ ਚ ਨਹੀਂ ਗਿਆ ਕੋਈ ਵੱਡਾ ਲੀਡਰ ਉੱਥੇ ਜਾ ਕੇ ਦਰੀਆਂ ਚ ਨਹੀਂ ਬੈਠਿਆ ਟਰਾਲੀਆਂ ਚ ਕੌਣ ਬੈਠਿਆ ਆਮ ਘਰਾਂ ਦੇ ਨੌਜਵਾਨ ਆਮ ਬੀਬੀਆਂ ਨੇ ਰੋਟੀਆਂ ਪਕਾਈਆਂ ਜੇ ਠਾੜ ਦੀਆਂ ਤਪਦੀਆਂ ਧੁੱਪਾਂ ਚ ਉੱਥੇ ਸੜਕਾਂ ਤੇ ਬੈਠੇ ਆ 46 ਡਿਗਰੀ ਟੈਂਪਰੇਚਰ ਦੇ ਵਿੱਚ ਉੱਥੇ ਆਰਮਪਤੀ ਨਹੀਂ ਸੀਗਾ ਕੋਈ ਜੇ ਉਹ ਅੰਦੋਲਨ ਨੂੰ ਸਾਡੇ ਕਿਸਾਨ ਜਿੱਤ ਸਕਦੇ ਆ ਮਜ਼ਦੂਰ ਜਿੱਤ ਸਕਦੇ ਆ ਤਾਂ ਇਹ ਜਿਹੜਾ ਪੰਜਾਬ ਦਾ ਰਾਜਨੀਤਿਕ ਅੰਦੋਲਨ ਹੈ ਇਹਦੇ ਤੇ ਵੀ ਆਮ ਕਿਸਾਨ ਜਿੱਤ ਪ੍ਰਾਪਤ ਕਰਨਗੇ ਹਲਕੇ ਦੀ ਅਮਰਗੜ ਦੇ ਵਿੱਚ ਤੁਹਾਨੂੰ ਟਿਕ ਟਿਕ ਦਿੱਤੀ ਆ ਲੜਨ ਜਾ ਰਹੇ ਹਾਂ ਕੀ ਮੇਨ ਮੁੱਦੇ ਕਿਹੜੇ ਰੱਖੋਗੇ ਹਲਕਾ ਵਾਸੀਆਂ ਦੇ ਕਿਹੜੇ ਤੁਸੀਂ ਦੇਖੇ ਨੇ ਵਿਚਰੇ ਹੋ ਲੋਕਾਂ ਦੇ ਵਿੱਚ ਕੀ ਹੋਣਾ ਚਾਹੀਦਾ ਹਲਕੇ ਚ ਕੀ ਮੰਨ ਲੋ ਘਾਟਾਂ ਦੇ ਵਿਕਾਸ ਮੰਗਦੇ ਅਸੀਂ ਮੇਨ ਮੁੱਦੇ ਹੈ ਦੇਖੋ ਅਸੀਂ ਮੈਂ ਚਾਹਣਾ ਹੈ ਕਿ ਅਮਰਗੜ ਦੇ ਤੁਸੀਂ 50 55 ਕਿਲੋਮੀਟਰ ਦੇ ਵਿੱਚ ਕਿਤੇ ਚੰਗਾ ਹਸਪਤਾਲ ਨਹੀਂ ਹੈ। ਅਗਰ ਕਿਸੇ ਨੂੰ ਐਮਰਜੈਂਸੀ ਦੀ ਲੋੜ ਪੈਂਦੀ ਆ ਤਾਂ ਲੁਧਿਆਣਾ ਜਾਂ ਚੰਡੀਗੜ੍ਹ ਜਾਣਾ ਪੈਂਦਾ। ਸਿਹਤ ਸੂਲਤਾ, ਐਜੂਕੇਸ਼ਨ ਹੈ ਜਿਹੜੀ ਔਰ ਦੂਸਰੀ ਗੱਲ ਆ ਭ੍ਰਿਸ਼ਟਾਚਾਰ। ਸਭ ਤੋਂ ਵੱਡੀ ਗੱਲ ਆ ਜਿਹੜਾ ਕਿਸਾਨ ਮਜ਼ਦੂਰ ਕਰਜ਼ਾ ਜਿਹੜਾ ਨਾ ਇਹ ਕਰਜ਼ੇ ਨੇ ਸਾਡੇ ਵਾਲ ਚਿੱਟੇ ਕਰਤੇ ਨੌਜਵਾਨਾਂ ਦੀ ਉਮਰ ਤੋਂ ਪਹਿਲਾਂ ਅਸੀਂ ਚਾਹੁੰਦੇ ਆ ਕਿ ਹਰ ਬੰਦਾ ਕਰਜ਼ਾ ਮੁਕਤ ਹੋਵੇ। ਸਰਕਾਰਾਂ ਨੇ ਕਰਜ਼ਾ ਦਿੱਤਾ ਸਾਨੂੰ। ਸਾਡੇ 3.5 ਲੱਖ ਹਜ਼ਾਰ ਕਰੋੜ ਦਾ ਕਰਜ਼ਾ ਪੰਜਾਬ ਸਿਰ ਹੈ ਉਹ ਸਾਡੇ ਕਿਸਾਨਾਂ ਨੇ ਨਹੀਂ ਚੜਾਇਆ ਉਹ ਮਜ਼ਦੂਰਾਂ ਨੇ ਨਹੀਂ ਚੜਾਇਆ ਉਹ ਚੜਾਇਆ ਬਾਦਲਾਂ ਦੇ ਚੌਪਰਾਂ ਨੇ ਜਹਾਜ਼ਾਂ ਨੇ ਉਹ ਚੜਾਇਆ ਚੰਨੀ ਦੇ ਚੌਪਰਾਂ ਨੇ ਸਿੱਧੂਣੀਆਂ ਦੇ ਨੇ ਸੋ ਸਾਡੇ ਆਮ ਲੋਕਾਂ ਦਾ ਜਿਹੜਾ ਸੁਪਨਾ ਹੈ ਕਿ ਚੰਗੀ ਸਰਕਾਰ ਆਵੇ ਇਹ ਫਿਜ਼ਾ ਨੂੰ ਬਦਲੀਏ ਸੋ ਅਸੀਂ ਉਹਦੇ ਚ ਸਹਾਈ ਹੋਵਾਂਗੇ ਹੈਲਥ ਦੇ ਉੱਪਰ ਕੰਮ ਕਰਾਂਗੇ ਖੇਡਾਂ ਤੇ ਕੰਮ ਕਰਾਂਗੇ ਨਸ਼ਿਆਂ ਨੂੰ ਬੰਦ ਕਰਾਂਗੇ ਔਰ ਸਭ ਤੋਂ ਵੱਡੀ ਗੱਲ ਹੈ ਜਿਹੜਾ ਭ੍ਰਿਸ਼ਟਾਚਾਰ ਔਰ ਕਰਜ਼ੇ ਦਾ ਦਾਇਨਤਾ ਜਿਹੜਾ ਅਸੀਂ ਚਾਹੁੰਦੇ ਆ ਕਿ ਜਦੋਂ ਕਿਸੇ ਗਰੀਬ ਕਿਸਾਨ ਦੀ ਕੁੜੀ ਦਾ ਵਿਆਹ ਹੁੰਦਾ ਨਾ ਉਹਦੇ ਮੂਰੇ ਗੱਲਾਂ ਦੋ ਹੁੰਦੀਆਂ ਜਾਂ ਤਾਂ ਸਲਫਾਸ ਹੁੰਦੀ ਆ ਜਾਂ ਉਹਦੇ ਮੂਰੇ ਹੁੰਦਾ 2 ਕਿਲੇ ਜ਼ਮੀਨ ਵੇਚੇ ਇਹੋ ਜਿਹੇ ਦਿਨ ਮੇਰੇ ਕਿਸਾਨਾਂ ਨੂੰ ਮੇਰੇ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਨਾਂ ਦੇਖਣੇ ਪੈਣ ਅੱਜ ਅਹਿਮਦਗੜ੍ਹ ਸ਼ਹਿਰ ਚ ਜਾ ਕੇ ਦੇਖੋ ਤੁਸੀਂ ਜਿੰਨੀਆਂ ਛੋਟੀਆਂ ਕਿਸਾਨਾਂ ਸਾਰੇ ਵਪਾਰੀ ਜਿਹੜੇ ਨੇ ਉਹ ਬਰਬਾਦ ਹੋਏ ਬੈਠੇ ਨੇ ਨਰਿੰਦਰ ਮੋਦੀ ਦੇ ਮਾੜੇ ਕਾਨੂੰਨਾ ਕਰਕੇ ਜੀਐਸਟੀ ਐਨੀ ਲੱਗ ਚੁੱਕੀ ਆ ਜੂਨ ਦੇ ਵਿੱਚ ਤਾਂ ਵੈਸੀ ਜੀਐਸਟੀ ਦਾ ਭੋਗ ਪੈਣ ਜਾ ਰਿਹਾ ਜਿੰਨਾ ਪੰਜਾਬ ਨੂੰ ਰਿਫੰਡ ਮਿਲਦਾ ਉਹਨਾਂ ਨੇ ਵਾਪਸ ਨਹੀਂ ਕਰਨਾ ਸੈਂਟਰ ਨੇ ਨਵਾਂ ਕਾਨੂੰਨ ਬਣਾਤਾ ਇਸ ਤੋਂ ਬਾਅਦ ਤਾਂ ਪੰਜਾਬ ਦੇ ਹੋਰ ਹਾਲਾਤ ਨੇ ਜਿਹੜੇ ਬੱਤਰ ਹੋ ਜਾਣਗੇ ਇਸ ਕਰਕੇ ਸਾਨੂੰ ਤਾਂ ਆਮ ਘਰਾਂ ਦੇ ਨੌਜਵਾਨ ਚਾਹੀਦੇ ਆ ਜਿਹੜੇ ਆਮ ਛੋਟੀਆਂ-ਛੋਟੀਆਂ ਕਾਰਾਂ ਸਕੂਟਰਾਂ ਤੇ ਫਿਰਕੇ ਵੀ ਪ੍ਰਚਾਰ ਹੋ ਸਕਦਾ ਅਸੀਂ ਆ ਇੱਕ ਜੀਪ ਮਹਿੰਗਾਈ ਜਾਂ ਸਸਤੀ ਜੀ ਲੱਖ ਰੁਪਏ ਦੀ ਅਸੀਂ ਉਹ ਚ ਹੀ ਪ੍ਰਚਾਰ ਕਰਾਂਗੇ ਸਾਨੂੰ ਲੋੜ ਨਹੀਂ ਵੱਡੀਆਂ ਮਰਸੀਡੀਜ਼ ਕਾਰਾਂ ਦੀ ਵੱਡੀ ਫੋਰਚੂਨਰਾਂ ਦੀ ਇਹਨਾਂ ਨੇ ਤਾਂ ਸਾਨੂੰ ਕਰਜ਼ੇ 'ਚ ਡੋਪਿਆ ਸੋ ਅਸੀਂ ਆਪਦਾ ਕਿਸਾਨਾਂ ਵਾਂਗੂੰ ਆਮ ਪਰਿਵਾਰਾਂ ਵਾਂਗੂੰ ਕਰਕੇ ਅਸੀਂ ਜਿਹੜਾ ਜਿੱਤ ਦਾ ਪਰਚਮ ਲਹਿਰਾਵਾਂਗੇ ਇੱਕ ਪਤਾ ਲੱਗਿਆ ਕਿ ਤੁਹਾਡੇ ਉੱਪਰ 200 ਕਰੋੜ ਰੁਪਏ ਦਾ ਜਿਹੜਾ ਕੁਲਵੰਤ ਨਿਆਰ ਗੱਜਨ ਮਾਜਰਾ ਨੇ ਮਾਨਾਨੀ ਦਾ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਮੈਂ ਧੰਨਵਾਦ ਕਰਦਾ ਹਾਂ ਪ੍ਰੋਫੈਸਰ ਗੱਜਨ ਮਾਜਰਾ ਸਾਹਿਬ ਦਾ ਔਰ ਕੁਲਵੰਤ ਸਿੰਘ ਮਹਾਲੀ ਦਾ ਜਿਨ੍ਹਾਂ ਨੇ 200 ਕਰੋੜ ਦਾ ਮੇਰੇ ਤੇ ਮਾਨਾਨੀ ਦਾ ਕੋਰਟ ਜਿਹੜਾ ਨੋਟਿਸ ਜਾਰੀ ਕੀਤਾ 15 ਅਦਾਲਤਾਂ 'ਚ ਕੀਤਾ ਉਹਨਾਂ ਨੇ ਪੰਜਾਬ ਦੀਆਂ 'ਚ ਕਿ ਅਸੀਂ ਇਹਨਾਂ ਨੂੰ 15 ਅਦਾਲਤਾਂ 'ਚ ਘੁਮਾਈਏ ਪੰਜਾਬ 'ਚ ਸਾਡੇ ਚੱਕਰ ਲਵਾਈਏ ਮੈਨੂੰ ਤਾਂ ਜੀਰੂ ਆਮਰੀ ਜੀ ਪਤਾ 200 ਕਰੋੜ ਦੀਆਂ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਗੱਜਨ ਮਾਦਰਾ ਸਾਹਿਬ ਅਗਰ ਤੁਹਾਨੂੰ ਲੋੜ ਹੈ ਪੈਸੇ ਦੀ ਅਸੀਂ ਆਪਣੀ ਜ਼ਮੀਨ ਜੂਨ ਵੇਚ ਕੇ ਲੋਕਾਂ ਤੋਂ ਮੰਗ ਕੇ ਦੇ ਦੇਾਂਗੇ 100 ਕਰੋੜ ਨਹੀਂ 70 ਦਿੱਤਾ ਜਾਣਾ ਸੋ ਮੈਂ ਗਰੀਬ ਪਰਿਵਾਰ ਦਾ ਨੌਜਵਾਨ ਹੈ ਸੋ ਇਸ ਕਰਕੇ ਅਸੀਂ ਇਹਦੇ ਖਿਲਾਫ ਇਹ ਜੋ ਇਹਨਾਂ ਨੇ ਕਰਨਾ ਕਰੀ ਜਾਂਣਾ ਅਸੀਂ ਮੈਂ ਸੱਚ ਦੀ ਆਵਾਜ਼ ਬੁਲੰਦ ਕੀਤੀ ਆ ਤੁਸੀਂ ਦੱਸੋ ਮੀਡੀਆ ਟਿਕਟਾਂ ਨਹੀਂ ਵਿਕੀਆਂ ਕੀ ਲਾਗਵ ਜੱਡੇ ਤੇ ਇਲਜ਼ਾਮ ਨਹੀਂ ਲੱਗੇ ਕੀ 2017 ਚ ਨਹੀਂ ਲੱਗੇ ਜਿਹੜਾ ਬੰਦਾ 2017 ਚ ਐਡੀ ਵੱਡੀ ਆਮ ਆਦਮੀ ਪਾਰਟੀ ਦੀ ਲਹਿਰ ਚ ਤੀਜੇ ਨੰਬਰ ਤੇ ਰਿਹਾ ਔਰ ਅਸੀਂ 5 ਸਾਲ ਮਿਹਨਤ ਕੀਤੀ ਆ ਸੰਯੁਕਤ ਸਮਾਜ ਮੋਰਚੇ ਨੂੰ ਤਾਂ ਮੇਰੀ ਮਿਹਨਤ ਦਿਖੀ ਆ ਆਮ ਆਦਮੀ ਪਾਰਟੀ ਨੂੰ ਸਾਡੀ ਮਿਹਨਤ ਨਹੀਂ ਦਿਖੀ ਅਗਰ ਇਹ ਟਿਕਟਾਂ ਵਿਕੀਆਂ ਨਹੀਂ ਤਾਂ ਹੋਰ ਕੀ ਆ ਜੀ ਆਮ ਲੋਕ ਕਹਿ ਰਹੇ ਨੇ 200 ਕਰੋੜ ਦਾ ਡੈਫਰਮੇਸ਼ਨ ਦਾ ਸਾਨੂੰ ਕੋਈ ਪਰਵਾਹ ਨਹੀਂ 1000 ਕਰੋੜ ਦੀ ਵੀ ਗੱਜ ਨਮਾਜਰਾ ਮੇਰੇ ਤੇ ਡੈਫਰਮੇਸ਼ਨ ਕਰੇ ਮੈਂ ਉਹਨੂੰ ਖੇੜੇ ਮੱਥੇ ਪਰਵਾਣ ਕਰੂੰਗਾ ਕਿਤੇ ਨਾ ਕਿਤੇ ਭਗਵੰਤ ਮਾਨ ਨੂੰ ਅੱਗੇ ਲੈ ਕੇ ਆਂਦਾ ਸੀਐਮ ਦਾ ਚਿਹਰਾ ਬਣਾਇਆ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ ਜਿਆਦਾਤਰ ਜਿਹੜਾ ਸਰਵੇ ਦਿਖਾ ਰਹੇ ਨੇ ਤੇ ਆਮ ਲੋਕਾਂ ਦੇ ਵਿੱਚ ਜਿਹੜਾ ਉਹਨਾਂ ਦਾ ਜਿਹੜਾ ਸਰਵੇ ਆ ਇਹ ਸਾਰੇ ਪੇਡ ਸਰਵੇ ਨੇ ਤੁਸੀਂ 2017 'ਚ ਇਹ ਕਹਿੰਦੇ ਸੀ 100 ਸੀਟ ਆਊਗੀ ਸਾਨੂੰ ਸੀ ਵੋਟਰ ਕਹਿੰਦਾ ਸੀ ਮੈਂ ਆਮ ਆਦਮੀ ਪਾਰਟੀ ਦੇ ਉਸ ਵਿੰਗ ਦਾ ਹਿੱਸਾ ਰਿਆਂ ਜਿੱਥੇ ਸਾਰੀਆਂ ਨੀਤੀਆਂ ਬਣਦੀਆਂ ਭਗਵੰਤ ਮਾਨ 5 ਘੰਟੇ ਸਾਡੇ ਕੋਲ ਜਿੱਦੇ ਅਸੀਂ ਪੀਸੀ ਕਰੀਆ ਉੱਥੇ ਬੈਠਾ ਰਿਹਾ ਉਹ ਇੱਕ ਡੰਮੀ ਫੇਸ ਆ ਦਿੱਲੀ ਵਾਲਿਆਂ ਨੇ ਇੱਕ ਜੇ ਪੰਜਾਬ ਪਿੰਡ ਦਾ ਨਾ ਪ੍ਰਧਾਨ ਲਾਉਣਾ ਹੋਵੇ ਤਾਂ ਵੀ ਦਿੱਲੀ ਵਾਲੇ ਲਾਉਂਦੇ ਆ। ਭਗਵੰਤ ਮਾਨ ਨਾ ਫੇਸ ਕਦੇ ਬਣੇ ਨਾ ਕਦੇ ਬਣਿਆ। ਆਮ ਆਦਮੀ ਪਾਰਟੀ ਸਰਕਾਰ ਬਣਾਉਣ ਦੀ ਗੱਲ ਤਾਂ ਦੂਰ ਹੈ। ਉਹ ਮਾਝੇ ਦੁਆਬੇ ਚੋਂ 5 ਸੀਟਾਂ ਨਹੀਂ ਆ ਰਹੀਆਂ ਅੱਜ ਉਹਨਾਂ ਨੂੰ। ਉੱਥੇ ਉਹਨਾਂ ਦਾ ਸੂਪੜਾ ਸਾਫ਼ ਹੈ। ਕੱਲੇ ਮਾਲਵੇ ਚ 69 ਸੀਟਾਂ। ਜੇ ਤੁਸੀਂ ਕੱਲੇ ਮਾਲਵੇ ਚ 69 ਚੋਂ 58 ਕਦੇ ਵੀ ਨਹੀਂ ਆ ਸਕਦੀਆਂ ਕਿਸੇ ਪਾਰਟੀ ਦੇ ਜਿੱਡੀ ਮਰਜ਼ੀ ਲਹਿਰ ਚੱਲ ਜੇ। ਆਮ ਆਦਮੀ ਪਾਰਟੀ ਦੀ ਸਰਕਾਰ ਨਾ ਕਦੇ ਬਣੀਆ ਨਾ ਕਦੇ ਬਣਣੀ ਆ। ਸਰਕਾਰ ਬਣੂਗੀ ਸਰਕਾਰ ਦੇ ਵਿੱਚ ਭਾਈਵਾਲ ਹੋਣਗੇ ਪਹਿਲੀ ਵਾਰ ਉਹ ਕਿਸਾਨ ਸੰਯੁਕਤ ਸਮਾਜ ਮੋਰਚਾ ਕਿਸਾਨਾਂ ਦਾ ਭਾਈਵਾਲ ਹੋਊਗਾ ਇਹ ਸਰਕਾਰ ਚ ਮੇਰੀ ਗੱਲ ਯਾਦ ਰੱਖਿਓ ਤੇ ਹੋ ਸਕਦਾ ਪ੍ਰਮਾਤਮਾ ਮਿਹਰ ਕਰੇ ਸਰਕਾਰ ਬਣੂ ਨਹੀਂ ਅਸੀਂ ਭਾਈਵਾਲ ਜਰਾ ਸਰਕਾਰ ਚ ਹੋਵਾਂਗੇ ਅਕਾਲੀ ਦਲ ਕਹਿ ਰਿਹਾ ਵੀ 100 ਤੋਂ ਵੱਧ ਸੀਟਾਂ ਲੈ ਕੇ ਜਾਂ ਤੁਸੀਂ ਕਿਵੇਂ ਦੇਖਦੇ ਦੇਖੋ ਜੀ ਜਗਵੀਰ ਸਿੰਘ ਬਾਦਲ ਜਿਹੜਾ ਪਾਣੀ ਚ ਬੱਸਾਂ ਚਲਾ ਸਕਦਾ ਜਿਹੜਾ ਮਤਲਬ ਆਪਦੇ ਬਾਦਲ ਨੂੰ ਬਾਪ ਨੂੰ ਇਹ ਕਹੈਦਾ ਮੇਰੇ ਪਿਤਾ ਸਮਾਨ ਨੇ ਹੁਣ ਜਿਉ 100 ਸੀਟਾਂ ਕਹੇ ਮੈਂ ਤਾਂ ਕਹਿੰਦਾ 134 ਵੀ ਆ ਸਕਦੀਆਂ 17 ਚੋਂ ਤੇ ਇੱਕ ਸੀਰਾ ਬਨਵਾਰਾ ਜੀ ਇਹ ਦੇਖੋ ਆਮ ਆਦਮੀ ਪਾਰਟੀ আর ਅਕਾਲੀ ਦਲ ਵੱਲੋਂ ਅਮਰਗੜ ਹਲਕੇ 'ਚ ਤਕਰੀਬਨ 2 ਮਹੀਨੇ ਹੋ ਗਏ ਜਿਹੜਾ ਆਪਾਂ ਚੋਣ ਪਟਾ ਕਿਤੇ ਨਾ ਕਿਤੇ ਤੁਹਾਨੂੰ ਥੋੜਾ ਸਮਾਂ ਮਿਲੂਗਾ ਕਿਵੇਂ ਦੇਖਦੇ ਹੋ ਕਿਵੇਂ ਮੰਨ ਲੋ ਪਰਪਾਈ ਕਰੋਗੇ ਸਾਡੇ ਕੋਲੇ 25 ਦਿਨ ਨੇ ਅਸੀਂ 25 ਦਿਨਾਂ 'ਚ 15 ਜੂਨ ਬਣਾਵਾਂਗੇ ਔਰ ਦਸਾਂ ਦਸਾਂ ਬੰਦਿਆਂ ਦੀਆਂ ਟੀਮਾਂ ਤਿਆਰ ਨੇ ਸਾਡੇ ਕੋਲੇ ਸਾਰੀ ਜਥੇਬੰਦੀਆਂ ਸਾਡੇ ਨਾਲ ਤੁਰਨ ਨੂੰ ਤਿਆਰ ਨੇ ਸਾਰਿਆਂ ਨਾਲ ਗੱਲਾਂ ਹੋ ਗਈਆਂ ਔਰ ਸਾਡੀ ਇਹ ਸੰਚਾਰਜ ਦੇ ਜਿਹੜੇ ਚੋਣ ਕੈਂਪੇਨ ਦੇ ਇੰਚਾਰਜ ਨੇ ਮਾਣਯੋਗ ਸਰਦਾਰ ਭਪਿੰਦਰ ਸਿੰਘ ਭਿੰਦਾ ਜੀ ਹੋਣਗੇ ਹਲਕੇ ਦੇ ਮੈਂ ਤੁਹਾਨੂੰ ਅੱਜ ਕਲੀਅਰ ਕਰਦੇ ਆਂ ਤੇ ਅਸੀਂ ਇਹਨਾਂ ਦੇ ਬਲਬੂਤੇ ਤੇ ਚੋਣ ਲੜਾਂਗੇ ਔਰ ਅਸੀਂ 25 ਦਿਨਾਂ ਚ ਇਹਨਾਂ ਨੂੰ ਅੱਗੇ ਨਿਕਲ ਜਾਾਂਗੇ ਅੱਜ ਹੀ ਤੁਸੀਂ ਦੇਖਿਆ ਨਾ ਐਡਾ ਇਕੱਠ ਅੱਜ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਫੇਸਬੁਕ ਤੇ ਦਿਖਾ ਦੇਣ ਕਿਤੇ ਵੀ ਉਹਨਾਂ ਦੀ ਕਿਸੇ ਇੱਕ ਕਿਸੇ ਪਿੰਡ ਚ ਹੋਇਆ ਹੋਵੇ ਜਿਹੜਾ ਅੱਜ ਸਾਡੇ ਪਿੰਡ ਕੱਟ ਹੋਇਆ ਹਰੇਕ ਘਰ ਦਾ ਨੌਜਵਾਨ ਬੀਬੀ ਬੱਚੇ ਆਏ ਨੇ ਸੋ ਸਾਡੀ ਕੈਂਪੇਨ ਅੱਜ ਹੀ ਉਹਨਾਂ ਤੋਂ 30 ਪਿੰਡਾਂ ਤੋਂ ਅੱਗੇ ਨਿਕਲ ਚੁੱਕੀ ਆ ਮਨਭੋਰੇ ਦੀ 3000 3300 ਵੋਟਾਂ 2600 ਵੋਟ ਪੋਲਣੀਆਂ ਅਸੀਂ 85 90% ਵੋਟ ਇੱਥੋਂ ਲੈ ਕੇ ਜਾਵਾਂਗੇ ਸਾਡੀ ਕੈਂਪੇਨ ਤਾਂ ਉਹਨਾਂ ਨਾਲੋਂ ਵੈਸੇ ਹੀ ਅੱਗੇ ਨਿਕਲ ਚੁੱਕੀ ਆ ਕਿ ਤੁਸੀਂ ਪਹਿਲਾਂ ਸੋਸ਼ਲ ਮੀਡੀਆ ਤੇ ਫੇਸਬੁਕ ਤੇ ਮਤਲਬ ਵੀਡੀਓ ਪਾ ਕੇ ਤੁਸੀਂ ਕਿਹਾ ਸੀ ਮੈਂ ਆਜ਼ਾਦ ਲੜੂਗਾ ਕੀ ਕਰਨਾ ਹੈ ਜਿਹੜਾ ਹੁਣ ਇਹ ਫੈਸਲਾ ਤੁਸੀਂ ਬਦਲ ਲਿਆ ਸੰਯੁਕਤ ਮੋਰਚੇ ਦੇ ਨਾਲ ਖੜੇ ਦੇਖੋ ਜਿਹੜੀ ਜਿਹੜਾ ਮੈਂ ਆਜ਼ਾਦ ਦਾ ਫੈਸਲਾ ਲਿਆ ਸੀ ਉਹ ਮੇਰੇ ਜਿਹੜੇ ਮੇਰੇ ਚੋਣ ਵਾਲੇ ਆ ਮੇਰੇ ਸੱਜੀਆਂ ਖੱਬੀਆਂ ਬਾਹਵਾਂ ਉਹਨਾਂ ਨੇ ਕਿਹਾ ਸੀ ਕਿ ਆਪਾਂ ਨੇ ਚੋਣ ਲੜਨੀ ਆ ਹਰ ਹਾਲਾਤ 'ਚ ਪਰ ਮੈਂ ਸੰਯੁਕਤ ਸਮਾਜ ਮੋਰਚੇ ਦਾ ਧੰਨਵਾਦ ਕਰਦਾ ਜਿੰਨਾ ਮੈਂ ਬੇਨਤੀ ਕੀਤੀ ਖੁਦ ਮੈਂ ਕਦੇ ਵੀ ਰਾਜਨੀਤੀ ਲਈ ਜਾਂ ਕਿਸੇ ਚਾਰ ਲਾਈਕ ਜਾਂ ਕਮੈਂਟਾਂ ਲਈ ਝੂਠ ਨਹੀਂ ਬੋਲਿਆ ਮੈਂ ਖੁਦ ਬੇਨਤੀ ਕੀਤੀ ਕਿ ਆਜ਼ਾਦ ਮੈਂ ਲੜਕੇ ਇਹਨਾਂ ਰਵਾਇਤੀ ਪਾਰਟੀਆਂ ਨੂੰ ਨਹੀਂ ਹਰਾ ਸਕਦਾ ਠੀਕ ਹੈ ਮੈਂ ਵੋਟ ਲਿਆ ਸਕਦਾ 10000 15000 20000 ਲੈ ਜਾਂਦਾ ਪਰ ਮੈਂ ਇਹਨਾਂ ਨੂੰ ਹਰਾ ਨਹੀਂ ਸੀ ਸਕਦਾ ਇਹਨਾਂ ਰਵਾਇਤੀ ਪਾਰਟੀਆਂ ਨੂੰ ਹਰਾਉਣ ਲਈ ਮੈਨੂੰ ਕੋਈ ਪਲੇਟਫਾਰਮ ਚਾਹੀਦਾ ਸੀ ਜਿਹੜਾ ਪਲੇਟਫਾਰਮ ਸੰਯੁਕਤ ਸਮਾਜ ਮੋਰਚੇ ਦਾ ਪਲੇਟਫਾਰਮ ਹੈ ਇਹਦੇ ਤੇ ਖੜ ਕੇ ਅਸੀਂ ਇਹਨਾਂ ਨੂੰ ਭਜੜਣਾ ਪਈਆਂ ਪਈਆਂ ਕੱਲ੍ਹ ਦੀਆਂ ਤੁਸੀਂ ਦੇਖੋ ਇਹਨਾਂ ਦੇ ਇਹਨਾਂ ਦੇ ਜਿਹੜੇ ਪਿੰਡਾਂ ਤੇਲੀਫੋਨ ਆ ਰਹੇ ਨੇ ਲੋਕਾਂ ਨੂੰ ਕਿ ਜੂਨੀਅਰ ਨਾਲ ਬੰਦਿਆਂ ਨੂੰ ਤਾਲਮੇਲ ਵਧਾ ਰਹੇ ਨੇ ਇਹ ਕਾਲੀ ਦਲ ਕਾਂਗਰਸ ਵਾਲੇ ਝਾੜੂ ਵਾਲੇ ਇਹਨਾਂ ਇਹਨਾਂ ਦੀ ਨੀਂਦ ਹਰਾਮ ਹੋ ਗਈ ਤੇ ਅਸੀਂ 100% ਜਿਹੜਾ ਮੈਂ ਆਪ ਬੇਨਤੀ ਕਰਕੇ ਟਿਕਟ ਲਈ ਹੈ ਇਹਨਾਂ ਨੂੰ ਹਰਾਉਣ ਲਈ ਲਈ ਹੈ ਰਵਾਇਤੀ ਪਾਰਟੀ ਨੂੰ ਤਾਂ ਕਿ ਆਮ ਕਿਸਾਨਾਂ ਦਾ ਵਪਾਰੀਆਂ ਦਾ ਮਜ਼ਦੂਰਾਂ ਦਾ ਝੰਡਾ ਪਰਚਮ ਲਹਿਰਾਇਆ ਜਾਵੇ ਕਿਸਾਨਾਂ ਤਾਂ ਨਾਲ ਜੁੜੇ ਹੋਏ ਨੇ ਤੇ ਬਾਕੀ ਜਿਹੜੇ ਹੋਰ ਮਜ਼ਦੂਰ ਵਰਗਾਂ ਐ ਵਪਾਰ ਵਰਗ ਐ ਉਹਨਾਂ ਨੂੰ ਕਿਸ ਤਰ੍ਹਾਂ ਜੋੜਨਗੇ ਤੇ ਨਾਲ ਜਿਹੜਾ ਇੱਕ ਥੋੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਵੀ ਬਾਈਕਾਟ ਕੀਤਾ ਕਿ ਕਿਵੇਂ ਦੇਖਦੇ ਹਾਂ ਉਹ ਤੁਹਾਡੇ ਨਾਲ ਆਉਣਗੇ ਦੇਖੋ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਬਾਈਕਾਟ ਕੀਤਾ ਸੀ ਉਹਨਾਂ ਨੂੰ ਪਹਿਲੀ ਗੱਲ ਤਾਂ ਰਾਜਵਾਲ ਸਾਹਿਬ ਨੇ ਬੇਨਤੀ ਕੀਤੀ ਐ ਅਸੀਂ ਵੀ ਕੀਤੀ ਆ ਭਿੰਦਾ ਜੀ ਨੇ ਕੀਤੀ ਆ ਅਸੀਂ ਉਹਨਾਂ ਨੂੰ ਜੀ ਆਇਆਂ ਕਹਾਂਗੇ ਕਿਉਂਕਿ ਦੇਖੋ ਜੇ ਅਸੀਂ ਫੇਰ ਉਹਨਾਂ ਰਵਾਇਤੀ ਪਾਰਟੀਆਂ ਨੂੰ ਹੀ ਮੌਕਾ ਦੇਣਾ ਤਾਂ ਫੇਰ ਸਾਡਾ ਐਡਾ ਵੱਡਾ ਅੰਦੋਲਨ ਲੜਨ ਦਾ ਕੋਈ ਫਾਇਦਾ ਨਹੀਂ ਸੋ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਦੇਖੋ ਆ ਜਾਣਾ ਸਾਰਿਆਂ ਨਹੀਂ ਹੁੰਦਾ ਆ ਜਾਣਗੇ ਮੀਟਿੰਗਾਂ ਚੱਲ ਰਹੀਆਂ ਬਹੁਤ ਵੱਡੇ ਪੱਧਰ ਤੇ ਆ ਜਾਣਾ ਉਹਨਾਂ ਜਿਹੜੀਆਂ ਜਥੇਬੰਦੀਆਂ ਨੇ ਬਾਇਕਾਟ ਕੀਤਾ ਹੈ ਕਈ ਵਾਰੀ ਪਲੀਟਿਕ ਨਾਨ ਪਲੀਟਿਕਲ ਰਹਿਣ ਕਰਕੇ ਜਥੇਬੰਦੀਆਂ ਨੂੰ ਇਹ ਫੈਸਲੇ ਲੈਣੇ ਪੈਂਦੇ ਨੇ ਪਰ ਜਿਹੜੇ ਕੇਡਰ ਆ ਦੇਖੋ ਵੋਟ ਤਾਂ ਉਹਨਾਂ ਨੇ ਕਿਤੇ ਨਾ ਕਿਤੇ ਪਾਉਣੀ ਹੀ ਹੁੰਦੀ ਆ ਨਾ ਸੋ ਉਹਨਾਂ ਨੂੰ ਸੰਯੁਕਤ ਸਮਾਜ ਮੋਰਚੇ ਦੇ ਕੈਂਡੀਡੇਟ ਨਾਲੋਂ ਹੋਰ ਕੈਂਡੀਡੇਟ ਕਿਹੜਾ ਵਧੀਆ ਫੇਰ ਤਾਂ ਅਸੀਂ ਉਹਨਾਂ ਅਕਾਲੀ ਕਾਂਗਰਸ ਨੂੰ ਪਾ ਦਿੰਦੇ ਅਸੀਂ ਵੀ ਉਹਨਾਂ ਨੂੰ ਪਾ ਦਿੰਦੇ ਸੋ ਇਸ ਕਰਕੇ ਉਹ ਬਾਈਕਾਟ ਵਾਲੀਆਂ ਜਥੇਬੰਦੀਆਂ ਵੀ ਸਾਡੇ ਨਾਲ ਆਉਣਗੀਆਂ ਜਿਹੜੀ ਤੁਸੀਂ ਮਜ਼ਦੂਰਾਂ ਦੀ ਗੱਲ ਕੀਤੀ ਆ ਦੇਖੋ ਇਹ ਤਾਂ ਪਾਰਟੀ ਐ ਮਜ਼ਦੂਰਾਂ ਦੀ ਆ ਦੇਖੋ ਕਿਸਾਨ ਤੇ ਮਜ਼ਦੂਰ ਦਾ ਆ ਨਵਾਂ ਮਾਸ ਦਾ ਰਿਸ਼ਤਾ ਨਾ ਕਿਸਾਨੀ ਮਜ਼ਦੂਰ ਬਿਨਾ ਚੱਲੇ ਨਾ ਮਜ਼ਦੂਰ ਨੂੰ ਮਜ਼ਦੂਰੀ ਕਿਸਾਨ ਦੇ ਕੰਮ ਕਰੇ ਬਿਨਾ ਮਿਲੇ ਸੋ ਮਲਦੂਰ ਸਾਡੇ ਨਾਲ ਸਭ ਤੋਂ ਅੱਗੇ ਹੋ ਕੇ ਡਟੇ ਹੋਇਆ ਇੱਕ ਡਾ ਕੇ ਕਿਸਾਨ ਸਾਡੇ ਨਾਲ ਨੇ ਜਿਹੜੀ ਰਹੀ ਗੱਲ ਵਪਾਰੀ ਦੀ ਵਪਾਰੀ ਤਾਂ ਪਹਿਲਾਂ ਹੀ ਇਹਨਾਂ ਸਰਕਾਰਾਂ ਤੋਂ ਛਡਕਾਰਾ ਪਾਉਣਾ ਚਾਹੁੰਦਾ ਜਿਹੜੇ ਬੰਦੇ ਦਾ ਜਿਹੜਾ ਬੰਦੇ ਦਾ 10 ਸਾਲ ਪਹਿਲਾਂ ਸ਼ੋਰੂਮ ਸੀ ਛੋਟੀ ਜੀ ਦੁਕਾਨ ਰਹਿ ਗਈ ਆ ਤੁਸੀਂ ਕਦੇ ਨਹੀਂ ਸੋਚਿਆ ਹੋਣਾ ਕਿ Hindu gentleman familyਾਂ ਨੇ ਜਿਹੜੀਆਂ ਉਹ ਕਦੇ ਪਰਿਵਾਰ ਉਹਨਾਂ ਨੇ ਬੱਚੇ ਬਾਹਰ ਨਹੀਂ ਭੇਜੇ ਆ ਦੋ ਸਾਲ ਦੇ ਹਿੰਦੂ ਜੈਂਟਲਮੈਨ ਫੈਮਲੀਆਂ ਦੇ ਬੱਚੇ ਕੈਨੇਡਾ ਆਸਟ੍ਰੇਲੀਆ ਜਾ ਰਹੇ ਆ ਸੋ ਇਹ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਉਹ ਸਾਡੇ ਸਮਾਜ ਮੋਰਚੇ ਨੂੰ ਜਿਹੜੀ ਹੈ ਹਮਾਇਤ ਦੇਣਗੇ ਔਰ ਅਸੀਂ ਉਹਨਾਂ ਦੇ ਦਰਾਂ ਤੇ ਜਾਵਾਂਗੇ ਉਹਨਾਂ ਤੋਂ ਖੈਰ ਮੰਗਾਂਗੇ ਉਹਨਾਂ ਦੀ ਸਪੋਰਟ ਮੰਗਾਂਗੇ ਉਹ ਸਾਡੇ ਨਾਲ ਚੱਲਣਗੇ ਅਹਿਮਦਗੜ ਮੰਡੀ ਮੇਰਾ ਦੋ ਤਿੰਨ ਵੱਡੇ ਸੰਗਠਨ ਨਾਲ ਕੱਲ ਦਾ ਰਾਬਤਾ ਬਣਿਆ ਉਹ ਸਾਨੂੰ ਬੁਲਾ ਰਹੇ ਨੇ ਅੱਜ ਤੋਂ ਬਾਅਦ ਅਸੀਂ ਆਪਣੀ ਵਪਾਰੀ ਵਰਗਾਂ ਨਾਲ ਮੀਟਿੰਗਾਂ ਤੇ ਲੱਗਾਂਗੇ ਮੁਕਾਬਲਾ ਤਾਂ ਅਸੀਂ ਹਲੇ ਕਿਉਂਕਿ ਕਾਂਗਰਸ ਦਾ ਉਮੀਦਵਾਰ ਨਹੀਂ ਹਲੇ ਆਇਆ ਅਸੀਂ ਤੈਅ ਨਹੀਂ ਕਰ ਸਕਦੇ ਪਰ ਹਾਂ ਇਹਨਾਂ ਜ਼ਰੂਰ ਹੈ ਕਿ ਜਿੱਤ ਆਮ ਲੋਕਾਂ ਦੀ ਹੋਊ ਸਮਾਜ ਮੋਰਚੇ ਦੀ ਹੋਊ ਜਿੱਤ ਕਿਸਾਨਾਂ ਦੀ ਹੋਊ ਇਹ ਸਨ ਸੀਨਾ ਸੀਰਾ ਬਨਬੋਰਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਸੰਯੁਕਤ ਸਮਾਜ ਮੋਰਚਾ ਜਿਹੜਾ ਕਿਸਾਨਾਂ ਵੱਲੋਂ ਬਣਾਇਆ ਗਿਆ ਸੀ ਉਹਨਾਂ ਦੇ ਉਮੀਦਵਾਰ ਨੇ ਉਹਨਾਂ ਨੇ ਕਿਹਾ ਕਿਤੇ ਨਾ ਕਿਤੇ ਜਿਹੜੇ ਹੋਰ ਕਿਸਾਨ ਆਗੂ ਨੇ ਕਿਸਾਨ ਜਥੇਬੰਦੀਆਂ ਨੇ ਉਹ ਵੀ ਉਹਨਾਂ ਦਾ ਸਾਥ ਦੇਣਗੇ ਤੇ ਮਜ਼ਦੂਰ ਵਪਾਰੀਆਂ ਦੇ ਸਹਿਯੋਗ ਦੇ ਨਾਲ ਸੰਯੁਕਤ ਕਿਸਾਨ ਸਮਾਜ ਮੋਰਚਾ ਜਿਹੜਾ ਉਹ ਕਿਤੇ ਨਾ ਕਿਤੇ ਸਰਕਾਰ ਦੇ ਵਿੱਚ ਭਾਈਵਾਲ ਜੇ ਸਰਕਾਰ ਨਹੀਂ ਵੀ ਬਣਾ ਸਕਦਾ ਤਾਂ ਭਾਈਵਾਲ ਜ਼ਰੂਰ ਬਣੂਗਾ ਕੈਮਰਾਮੈਨ ਮਨਜੀਤ ਸੋਹੀ ਦੇ ਨਾਲ ਜਤਿੰਦਰ ਮਨਵੀ ਅਜੀਤ ਵੈਬ ਟੀਵੀ ਅਮਰਗੜ੍ਹ ਉਹ ਕੀ ਸਵੇਰ ਦੇ ਖੇਡੀ ਜਾਂਦੇ ਹੋ ਤੁਸੀਂ ਉਹ ਬੱਸ ਕਰੋ ਪੜ ਵੀ ਲਓ ਹੁਣ ਯੇ ਸੀਟਾ 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 ਚੁੱਪ ਠੱਗੀ ਥਾਂ ਦਾ ਆਪਾਂ ਚੀਟਿੰਗ ਕਰਕੇ ਜਿੱਤਦਾ ਰਹਿੰਦਾ ਸੋ ਮੈਨੂੰ ਮੈਂ ਕੋਈ ਚੀਟਿੰਗ ਨਹੀਂ ਕੀਤੀ ਉਹ ਆਤਾ ਝੂਠੀਆਂ ਕਸਮਾਂ ਖਾਈ ਜਾਂਦਾ ਧੋਖੇਬਾਜ਼ ਕਿਸੇ ਥਾਂ ਦਾ ਪਾਪ ਲੱਗੂ ਪਾਪ ਉਹ ਕੱਪੂ ਤੂੰ ਐਵੇਂ ਇੰਨੀਆਂ ਝੂਠੀਆਂ ਸੌਂਗੋ ਖਾਈ ਜਨਾ ਮੈਂ ਸੋ ਖਾਧੀ ਤਾਂ ਤੁਹਾਨੂੰ ਇੰਨੀ ਪੀੜ ਹੋਗੀ ਆ ਸਰਕਾਰ ਦੇ ਇੰਨੀਆਂ ਸੋਹਾ ਖਾਧੀਆਂ ਵਾਦੇ ਕੀਤੇ ਉਹਨਾਂ ਦਾ ਕੀ कि हसी कर कर रोजगार मिलुगा दितिया कर कर नौकरियां मेरा वीरा हुण भी ठक्के खांदा नालै नशे करदा नशा खत्म ਕਰਨ ਦੀ ਵੀ ਤਾਂ ਸੌ ਖਾਦੀ ਸੀ ਇਹਨਾਂ ਨੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਸੌ ਹੋ ਗਏ ਸਭ ਦੇ ਸਾਰੇ ਕਰਜ਼ੇ ਮਾਫ ਬਾਪੂ ਜੇ ਤਾਂ ਖੇਤ ਵੀ ਬੈਂਕਾਂ ਦੇ ਲੈ ਗਏ ਇਸ ਕਾਂਗਰਸ ਸਰਕਾਰ ਤੋਂ ਕਿਉਂ ਨਹੀਂ ਜਵਾਬ ਮੰਗਦੇ